महाराज कहिंदे वी ध्यान नाल जन कर साडे नाल ते दोवां दीआं अखां चार हो गईआं, अखां च अखां पै गईआं, ध्यान इक थां ते केंद्रित हो गया। हांजी चाहत प्रहार नह दाब पाए, अखां गुरु साहब दीआं वल देखदा ते चाहुंदा वी मैं अख झमके ते वार करां, पर उहनूं दाब मिलदा नहीं। किहड़े पास्यों वार करां, किहड़े पास्यों, जिधर वो जांदा महाराज दी निगाह उधर ही है। हांजी जे हथों खड़ग तन ले बचाए, जे मैं तलवार मारांगा ते रोक लैणगे। कर अगर ढाल आ डोकरे, जे मैं तलवार दा वार कीता इन्हां ने ढाल ते रोक लैणा। मुगलस खान नूं एहसास हो गया भी इन्हां दी अख दस रही है, बड़ी तेज अख है, तेज अख वाला जिहड़ा वो पूरे चौकसी नाल देख रहा, ये हुण मैं जिधर मारांगा उधरों रोकणगे। हांजी ओए बेफल वार कुछ नाहे सरेहे, मेरे कोलों काम सरना नहीं, वार मेरा निष्फल चला जाना है, वार मेरा खाली चला जाना है। मुगल सखां नूं सुझ गया, गुर सावधान होए चौफेर, साढ़े सत फुट उच्चे महाराज छेवें पातशाह, एडी वड्डी चौड़ी छाती, हाथी दी सुंड वर्गियां बाहवां, बड़ा जाहो जलार वाला चेहरा सामने दिखदा मुगल सखां नूं, ते देखदा वी इहनां उत्ते वार हुण मैं किधरों करां। चारे पासों सुचेत ने सावधान ने, शमशेर हाथ शमशेर हेर, महाराज दे हाथ विच शमशीर है ते शमशेर, शेर वर्गा जबा जाहो जलाल है। तक रहयो बहुत नह दाव पाए, कहंदे मुगल सखां बड़ा तकदा रहा, सज्जे खब्बे अगे पिछे हो के पैंतले, भी मैं दा वेखां ते मारां पर दा मिलदा कोई नहीं पिया। तब परयो आन अस को उठाए, फिर एकदम छाल मार के आया पिया, फिर ढाल तलवार लेके मुगलस खान ऊपर जनाए तर को प्रहार, उन्हें अपने हाथ दा अपनी अखां दा इशारा सिर वल कीता, भी मैं हुण तुहाडी गर्दन ते वार कर रहा। गुर गए कूद गा छूच वार, पर वार उत्ते नहीं कीता, उन्हें दिखाया भी आ उपर आ रहा, ਇੱਦਾਂ ਕਰਕੇ ਵਾਰ ਮਾਰਿਆ ਥੱਲੇ ਗੁਰੂ ਸਾਹਿਬ ਦੀਆਂ ਲੱਤਾਂ 'ਤੇ। ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਵੀ ਵੱਡੇ ਧਿਆਨੀ ਸਨ, ਮਹਾਰਾਜ ਆਪਣੇ ਦੋਵੇਂ ਹੀ ਚਰਨ ਉਹਨਾਂ ਨੂੰ ਕਰ ਲਏ, ਕੁੱਦ ਗਏ ਉੱਪਰ ਨੂੰ, ਤਲਵਾਰ ਥੱਲਿਓਂ ਦੀ ਖਾਲੀ ਲੰਘ ਗਈ, ਸੱਚੇ ਪਾਤਸ਼ਾਹ ਨੂੰ ਝਰੀਟ ਵੀ ਨਹੀਂ ਲੱਗੀ। ਹਾਂਜੀ ਹੁਣ ਖੜਗ ਸੀਸ ਕੀ ਦਿਸ਼ ਚਲਾਏ, ਉਹਨੇ ਦੂਜਾ ਵਾਰ ਲਿਆਂਦਾ, ਫਿਰ ਸਿਰ ਵੱਲ ਕੀਤਾ ਵੀ ਹੁਣ ਸਿਰ 'ਤੇ ਨਹੀਂ ਰੋਕਣਗੇ, ਹੁਣ ਸ਼ਾਇਦ ਇਹ ਸਮਝਣਗੇ ਵੀ ਮੇਰੇ ਪੈਰਾਂ 'ਤੇ ਵਾਰ ਦੂਜਾ। ਉਹਨੇ ਦੂਜਾ ਵਾਰ ਮਹਾਰਾਜ ਦੇ ਕੰਨ ਪੱਟੀ ਦਾ ਕੀਤਾ, ਗੁਰ ਸਿਪਰ ਸ਼ੀਘਰ ਹੀ ਕਰ ਬਚਾਏ, ਤੇ ਸਤਿਗੁਰੂ ਜਾਣਦੇ ਸਨ ਦਾ ਪੇਚ ਵੀ ਹੁਣ ਇਹਨੇ ਕਰਨਾ ਕੀ ਆ। ਦੂਜਾ ਮਹਾਰਾਜ ਨੇ ਵਾਰ ਢਾਲ ਦੇ ਉੱਤੇ ਹੀ ਰੋਕ ਲਿਆ, ਤੇ ਰੋਕ ਉਪਰੇ ਹੱਥ ਲੀ, ਇੱਥੇ ਹੀ ਮਹਾਰਾਜ ਨੇ ਨਾ ਉਹਦਾ ਹੱਥ ਪਹਿਲਾਂ ਉਹਨੇ ਥੱਲਿਓ ਮਾਰਿਆ, ਸਤਿਗੁਰੂ ਟੱਪ ਗਏ, ਉਹ ਵਾਰ ਖਾਲੀ ਗਿਆ, ਉਹਨੇ ਦੂਜਾ ਲਿਆ ਕੇ ਉੱਤੇ ਕੰਨ ਪੱਟੀ ਦਾ, ਮਹਾਰਾਜ ਦੇ ਕੰਨ ਦੇ ਕੋਲੋਂ ਧੌਣ ਦੇ ਉੱਤੇ ਮਾਰਨਾ ਹੁੰਦਾ, ਇਹਨੂੰ ਕੰਨ ਪੱਟੀ ਦਾ ਵਾਰ ਕਹਿੰਦੇ, ਉਹਨੇ ਮਾਰਿਆ ਜਦੋਂ ਤੇ ਪਾਤਸ਼ਾਹ ਉੱਤੇ ਹੀ ਢਾਲ ਦੇ ਝੱਲ ਲਿਆ। ਗਿਆ ਖੜਗ ਆਪਣੋ ਵਾਰ ਕੀਨ, ਤੇ ਆਪਣੀ ਤੇਗ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਿਆਰ ਕੀਤੀ ਹੋਈ ਸੀ, ਤੇ ਮਹਾਰਾਜ ਕਹਿੰਦੇ ਖਾਨਾ ਵਾਰ ਇਉਂ ਨਹੀਂ ਇਉਂ ਕਰੀਦਾ ਹੈ। ਉੱਜ ਕੇ ਤਰੇ ਸੋ ਤਹਿ ਲਗਾ ਲੱਗਿਆ ਜਾਏ, ਮਹਾਰਾਜ ਦੀ ਸਾਧ ਸੰਗਤ ਦੀ ਤਲਵਾਰ ਚੱਲੀ ਇੱਥੇ ਮੱਖੀ ਦੇ ਥੱਲੇ, ਬਾਂਹ ਦੇ ਥੱਲੇ, ਅੱਜ ਇੱਥੇ ਆਪਣਾ ਹਾਰਟ ਹੈ, ਦਿਲ ਹੈ, ਇੱਥੇ ਪਸਲੀਆਂ ਨੇ, ਹੱਡੀਆਂ ਨੇ, 24 ਪਸਲੀਆਂ ਹੁੰਦੀਆਂ, ਉਹ ਪਸਲੀਆਂ ਦੇ ਉੱਤੇ ਆ ਕੇ ਕਹਿੰਦੇ ਤਲਵਾਰ ਦਾ ਵਾਰ ਵੱਜਾ ਮੁਗਲਸ ਖਾਨ ਦੇ, ਬਲ ਸਹਿਤ ਬਹਿਓ ਇਸ ਬਿੱਦ ਸਫਾਏ, ਇਹਨੂੰ ਚੀਰ ਦਾ ਵਾਰ ਕਹਿੰਦੇ ਆ ਗਤਕੇ ਵਾਲੇ, ਕੰਨ ਪੱਟੀ ਦਾ ਵਾਰ, ਚੀਰ ਦਾ ਵਾਰ, ਮੋਢਾ ਗੋਡਾ ਪੱਖੀ ਪੇਟ ਗੂਲ, ਇਹ ਬਹੁਤ ਸਾਰੇ ਵਾਰ ਹੁੰਦੇ ਆ। ਜਿਹੜਾ ਇਹ ਚੀਰ ਦਾ ਵਾਰ ਹੁੰਦਾ ਨਾ, ਇਹ ਰੁਕਦਾ ਨਹੀਂ ਕਿਸੇ ਕੋਲ, ਕੋਈ ਸੂਰਮਾ ਬਹੁਤ ਹੀ ਚੰਗਾ ਉਸਤਾਦ ਨੂੰ ਸਿੱਖਿਆ ਸੀ, ਰੋਕ ਲਵੇ ਵੈਸੇ ਰੁਕਦਾ ਨਹੀਂ, ਚੀਰ ਦਾ ਵਾਰ ਮਾਰਿਆ, ਇੱਥੋਂ ਚੀਰ ਕੇ ਸਾਧ ਸੰਗਤ ਜੀ ਇਸ ਮੋਢੇ ਦੇ ਕੋਲ ਦੀ ਸੱਚੇ ਪਾਤਸ਼ਾਹ ਨੇ ਉਡਾ ਦਿੱਤਾ। ਸਭ ਸ਼ਸਤਰ ਬਸਤਰ ਪਹਿਰੇ ਜੇ ਅੰਗ, ਜਿੰਨੇ ਪਿੰਡੇ ਦੇ ਸ਼ਸਤਰ ਬਸਤਰ ਪਹਿਨੇ ਹੋਏ ਸੀ, ਸੰਜੋ ਪਾਈ ਹੋਈ ਸੀ ਲੋਹੇ ਦੀ, ਸੰਜੋ ਵੀ ਇੰਜ ਵੱਢ ਕੇ ਸੁੱਟ ਦਿੱਤੀ ਜਿਵੇਂ ਕਾਗਜ਼ ਦਾ ਟੁਕੜਾ ਚੀਰੀ ਦਾ ਹੈ। ਸਤਿ ਸ੍ਰੀ ਅਕਾਲ। ਕੱਟ ਗਏ ਸਕਲ
ਸਤਿੰਦਰ ਇੱਕ ਬਾਰ ਸੰਗ ਸਾਧ ਸੰਗਤ ਜੀ ਨਾ ਸੰਜੋ ਬਚੀ ਨਾ ਕੋਈ ਸ਼ਸਤਰ ਬਸ ਜਿਹੜਾ ਵੀ ਤਲਵਾਰ ਦੀ ਰੇਂਜ ਵਿੱਚ ਆਇਆ ਹੈ ਚੀਰ ਕੇ ਲੰਘੀ ਤੇਗ ਇੱਥੋਂ ਵੱਖੀ ਤੋਂ ਵੱਜੀ ਖੱਬਾ ਮੋਢਾ ਰਹਿ ਗਿਆ ਇੱਕ ਪਾਸੇ ਨਾਲ ਹੀ ਗਰਦਨ ਰਹਿ ਗਈ ਇਹ ਬਾਂਹ ਸੱਜੀ ਖੱਬੀ ਇੱਕ ਬਾਂਹ ਖੱਬੀ ਤੇ ਇੱਕ ਗਰਦਨ ਉੱਪਰਲਾ ਸਿਰ ਇੱਧਰ ਰਹਿ ਗਿਆ ਤਿੰਨ ਦੋ ਲੱਤਾਂ ਤੇ ਇੱਕ ਬਾਂਹ ਤੇ ਪੇਟ ਵਾਲਾ ਹਿੱਸਾ ਦੂਜੇ ਪਾਸੇ ਹੋ ਗਿਆ ਗਨ ਪਾਸ ਰੀਨ ਸਭ ਕੱਟ ਦੀ ਜਿੰਨੀਆਂ ਪਸਲੀਆਂ ਸਨ ਆ ਪਸਲੀਆਂ ਕਹਿੰਦੇ ਹੱਡੀਆਂ ਜਿਹੜੀਆਂ ਸਾਡੇ ਦੋਵੇਂ ਪਾਸੇ ਫੇਫੜਿਆਂ ਦੀਆਂ ਇਹ ਸਾਰੀਆਂ ਪਸਲੀਆਂ ਵੱਢ ਕੇ ਲੰਘੀ ਤਲਵਾਰ ਜੁਗ ਖੰਡ ਹੋਏ ਧਰ ਪਰਨ ਕੀਨ ਬੜਾ ਜਵਾਨ ਸੀ ਮੁਗਲ ਸਖਾਂ ਧਰਤੀ ਤੇ ਧੜਮ ਕਰਕੇ ਦੋ ਟੋਟੇ ਹੋ ਕੇ ਡਿੱਗਾ ਸਿਰ ਭੁਜਾ ਸਹਿਤ ਪਾ ਇੱਕ ਖੰਡ ਇੱਕ ਪਾਸੇ ਇੱਕ ਬਾਂਹ ਤੇ ਸਿਰ ਉਹਦਾ ਦੋ ਟੋਟੇ ਹੋਏ ਯਾਨੀ ਇੱਕ ਟੋਟੇ ਵਿੱਚ ਉਹਦੀ ਖੱਬੀ ਬਾਂਹ ਸੀ ਤੇ ਉਹਦਾ ਸਿਰ ਸੀ ਤੇ ਬਾਕੀ ਇੱਕ ਸੱਜੀ ਬਾਂਹ ਤੇ ਦੋ ਲੱਤਾਂ ਤੇ ਬਾਕੀ ਥੱਲੇ ਵਾਲਾ ਹਿੱਸਾ ਇੱਕ ਪਾਸੇ ਡਿੱਗਾ ਜਾ ਕੇ ਜੁਗ ਚਰਨ ਜੁਗ ਤੇ ਦੁਤੀਓ ਪ੍ਰਚੰਡ ਕਹਿੰਦੇ ਦੋਵੇਂ ਪੈਰ ਤੇ ਇੱਕ ਬਾਂਹ ਉਹ ਦੂਸਰੇ ਪਾਸੇ ਹੋ ਗਏ ਐਵੇਂ ਬਹਿਓ ਖੜ ਕੇ ਸਭ ਕਾਟ ਡਾਰ ਇਸ ਤਰ੍ਹਾਂ ਸਤਿਗੁਰਾਂ ਦੀ ਤੇਗ ਵਹਿ ਗਈ ਇਸ ਤਰ੍ਹਾਂ ਸਤਿਗੁਰਾਂ ਦੀ ਤੇਗ ਜਿਵੇਂ ਸਾਬਣ ਦੇ ਵਿੱਚੋਂ ਤਾਰ ਲੰਘਦੀ ਹੈ ਨਾ ਆਰਾਮ ਦੇ ਨਾਲ ਐਡੇ ਵੱਡੇ ਜਵਾਨ ਦੇ ਧੜ ਵਿੱਚੋਂ ਪਾਰ ਲੰਘ ਗਈ ਛੇਵੇਂ ਪਾਤਸ਼ਾਹ ਦੀ ਤੇਗ ਸਾਬੂਣ ਹੈ ਤੇ ਜਿਮ ਤਾਰ ਪਾਰ ਜਿਵੇਂ ਸਾਬਣ ਵਿੱਚੋਂ ਤਾਰ ਪਾਰ ਹੋ ਜਾਂਦੀ ਹੈ ਰਹਿ ਗਈ ਆਖ ਪਸਰੀ ਬਿਸਾਲ ਸਾਧ ਸੰਗਤ ਜੀ ਮੁਗਲ ਸਖਾਂ ਦੀਆਂ ਅੱਖਾਂ ਖੁੱਲੀਆਂ ਤੇ ਖੁੱਲੀ ਰਹਿ ਗਈਆਂ ਝਪਕਣੀਆਂ ਮਿਲੀਆਂ ਨਹੀਂ ਬੰਦ ਨਹੀਂ ਹੋਈਆਂ ਫਿਰ ਹਾਂਜੀ ਕਰ ਵਿਖਿਆ ਖੜਗ ਨਾ ਗੋਕਰਾਲ ਤੇ ਤਲਵਾਰ ਜਿਹੜੀ ਉਹਦੇ ਹੱਥ ਵਿੱਚ ਸੀ ਨਾ ਸੱਜੇ ਪਾਸੇ ਉਹ ਸੱਜੀ ਬਾਂਹ 'ਚ ਰਹਿ ਗਈ ਤੇ ਢਾਲ ਜਿਹੜੀ ਸੀ ਉਹਦੀ ਉਹ ਖੱਬੀ ਬਾਂਹ 'ਚ ਰਹਿ ਗਈ ਹਾਂਜੀ ਦੇਹ ਮਰਿਓ ਦੇਖ ਗੁਰ ਦਲ ਬੁਲੰਦ ਜਦੋਂ ਮੁਗਲ ਸਖਾਂ ਮਰ ਗਿਆ ਮੁਗਲ ਸਖਾਂ ਨੂੰ ਮਹਾਰਾਜ ਨੇ ਝਟਕ ਦਿੱਤਾ ਕਹਿ ਵਿਜੈ ਸਦਾ ਸ਼੍ਰੀ ਹਰਗੋਬਿੰਦ ਗੁਰੂ ਕੇ ਸਿੱਖਾਂ ਨੇ ਜੈਕਾਰੇ ਗੁਰੂ ਹਰਗੋਬਿੰਦ ਸਾਹਿਬ ਦੀ ਵਿਜੈ ਦੇ ਜਿੱਤ ਦੇ ਗਜਾ ਦਿੱਤੇ ਇੱਕ ਖੜਗ ਖਾਨ ਕੇ ਬਹਿਸ ਘਾਏ ਜਦੋਂ ਖਾਨ ਨੂੰ ਤੇਗ ਵੱਜੀ ਬਿਸਮਾਦ ਭਏ ਸਭ ਤੁਰਕ ਧਾਏ ਸਾਰੇ ਤੁਰਕ ਹੈਰਾਨ ਹੋ ਗਏ ਤੇ ਅੱਗੇ ਲੜਨ ਵਾਸਤੇ ਵਧੇ ਹਨ ਇੱਕ ਵਾਰ ਓਰੜੇ ਗਨ ਤਫੰਗ ਇੱਕ ਵਾਰੀ ਉਹਨਾਂ ਨੇ ਬੇਅੰਤ ਗੋਲੀਆਂ ਇਕੱਠੀਆਂ ਹੀ ਦਾਗ ਦਿੱਤੀਆਂ ਸਭ ਹਿੰਨ ਚਲਾਏ ਬੇਗੀਤ ਰੰਗ ਔਰ ਘੋੜੇ ਆਪਣੇ ਤੇਜ ਕਰਕੇ ਆ ਪਏ ਇੱਕ ਵਾਰ ਤੁਪਕ ਕੋ ਸਭ ਨਕੀਨ ਇੱਕ ਵਾਰੀ ਤੇ ਗੋਲੀਆਂ ਦਾ ਕਾੜ ਕਾੜ ਮੱਚ ਗਈ ਹੁਣ ਖੜਗ ਹਾਥ ਮਹਿ ਐਂਚ ਫਿਰ ਤੇਗਾਂ ਖਿੱਚ ਲਈਆਂ ਮਿਆਨ ਚੋਂ ਸਭ ਪਰੇ ਆਨ ਉੱਪਰ ਜੋ ਵਾਰ ਸਾਰੇ ਗੁਰੂ ਦੇ ਉੱਤੇ ਆ ਪਏ ਵੀ ਗੁਰੂ ਨੂੰ ਮਾਰ ਲਈਏ ਬਦਲਾ ਲੈ ਲਈਏ ਮੁਗਲ ਸਖਾਂ ਦਾ ਮਿਲ ਗਏ ਆਪ ਮਹਿਮਾਰ ਮਾਰ ਗੁਰੂ ਕੇ ਸਿੱਖ ਅੱਗੇ ਵੱਧ ਗਏ ਤੇ ਆਪਸ ਚ ਗੁਥਮ ਗੁਥਾ ਹੋ ਗਏ ਸੂਰਮੇ ਲੜਾਈ ਫਿਰ ਮੱਚ ਗਈ ਗੁਰ ਹੁਕਮ ਕੀਨ ਸੁਣ ਪੈਂਦ ਖਾਨ ਮਹਾਰਾਜ ਪੈਂਦੇ ਖਾਨ ਨੂੰ ਹੁਕਮ ਦਿੱਤਾ ਇੱਕ ਮਲਕ ਜਾਤੀ ਭੱਟ ਮਹਾਨ ਦੂਸਰੇ ਜਾਤੀ ਮਲਕ ਗੁਰੂ ਘਰ ਦੇ ਪਰੋਤ ਦੇਹੋ ਵਿਧੀ ਚੰਦ ਕੋ ਸੰਗ ਧਾਰ ਨਾਲ ਵਿਧੀ ਚੰਦ ਨੂੰ ਲੈ ਲਓ ਗੁਰ ਅੰਗ ਸੰਗ ਸਦ ਹੀ ਤੁਮਾਰ ਤੁਹਾਡੇ ਸਦਾ ਹੀ ਅੰਗ ਸੰਗ ਸਰਦਾਰ ਰਹਿਓ ਨਹਿ ਛਤਰ ਕੋਏ ਮਹਾਰਾਜ ਕਹਿੰਦੇ ਪੈਂਦੇ ਖਾਂ ਹੁਣ ਇਹਨਾਂ ਦੀ ਫੌਜ ਕੋਈ ਲੜਨ ਵਾਲਾ ਸਰਦਾਰ ਨਹੀਂ ਰਿਹਾ ਗਹਿ ਖੜਕ ਕਰੋ ਇੱਕ ਤੇ ਸੋ ਦੋਏ ਹੁਣ ਇਹਨਾਂ ਨੂੰ ਤੇਗਾਂ ਫੜ ਕੇ ਇੱਕ ਤੋਂ ਦੋ ਕਰ ਦਿਓ ਹੁਣ ਝਟਕ ਦਿਓ ਇਹਨਾਂ ਨੂੰ ਕਿਉਂਕਿ ਹੁਣ ਇਹਨਾਂ ਦਾ ਕੋਈ ਮਾਲੀ ਵਾਰਸ ਨਹੀਂ ਹੁਣ ਇਹ ਲੜਨ ਆਏ ਨੇ ਤੇ ਬੇਕਾਬੂ ਹੋ ਕੇ ਆਏ ਨੇ ਹੁਣ ਇਹਨਾਂ ਨੂੰ ਮਾਰਨਾ ਹੀ ਪੈਣਾ ਹੈ ਜੋ ਅਰਹੈ ਤਿਨਹੋ ਕਰ ਪ੍ਰਾਣ ਹਾਨ ਜਿਹੜਾ ਅੱਗੋਂ ਹੱਥ ਚੁੱਕੇ ਲੜਾਈ ਕਰੇ ਮੁਕਾਬਲਾ ਕਰੇ ਮਾਰ ਦਿਓ ਪਟ ਭੀਰ ਭਜਾਏ ਦੀ ਜੈ ਨਿਦਾਨ ਜਿਹੜੇ ਕਾਇਰ ਬੁੱਝਦੇ ਨੇ ਭਜਦੇ ਨੇ ਜਾਣ ਦਿਓ ਭਜਦੇ ਨੂੰ ਨਹੀਂ ਮਾਰੀਦਾ ਹੁੰਦਾ ਡਿੱਗੇ ਨੂੰ ਨਹੀਂ ਮਾਰੀਦਾ ਬਿਮਾਰ ਬੁੱਢੇ ਰੋਗੀ ਨੂੰ ਨਹੀਂ ਮਾਰੀਦਾ ਇਸਤਰੀ ਦੇ ਵਾਰ ਨਹੀਂ ਕਰੀਦਾ ਇਹੋ ਜਿਹੇ ਗੁਣ ਸੂਰਮੇ ਦੱਸਿਆ ਕਰਦੇ ਸਨ ਮਹਾਰਾਜ ਕਹਿੰਦੇ ਜਿਹੜਾ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਖਾਲਸੇ ਦੀ ਸ਼ਰਨ ਪੈਂਦਾ ਉਹਨੂੰ ਛੱਡ ਦਿਓ ਜਿਹੜਾ ਭੱਜਦਾ ਉਹਨੂੰ ਭੱਜ ਜਾਣ ਦਿਓ ਪਰ ਜਿਹੜਾ ਅੱਗੋਂ ਅੜਦਾ ਉਹਨੂੰ ਝਟਕ ਦਿਓ ਹਾਂਜੀ ਅਬ ਗਏ ਹੋਏ ਸੰਗਰਾਮ ਅੰਤ ਇਸ ਤਰ੍ਹਾਂ ਫਿਰ ਜੰਗ ਦਾ ਅੰਤ ਹੋ ਗਿਆ ਟਿਕ ਹੈ ਤੁਰਕ ਭੱਜ ਹੈ ਮਰੰਤ ਮਹਾਰਾਜ ਕਹਿੰਦੇ ਹੁਣ ਇਹਨਾਂ ਭੱਜਣਾ ਅੱਗੇ ਲੱਗ ਲੱਗ ਕੇ ਟਿਕਣਾ ਕੋਈ ਨੀ ਗੁਰ ਹੁਕਮ ਪਾਏ ਕਰ ਪੈਂਦ ਖਾਨ ਮਹਾਰਾਜ ਦਾ ਹੁਕਮ ਪਾ ਕੇ ਪੈਂਦੇ ਖਾਨ ਗਏ ਖੜਕ ਖੈਚ ਬਟ ਬਾੜਵਾਨ ਬੜੀ ਤਿੱਖੀ ਤੇਗ ਮਿਆਨ ਚੋਂ ਖਿੱਚੀ ਵਿੱਚ ਪਰਿਓ ਜਾਏ ਤੁਰਕਨ ਵਿਸਾਲ ਬਲੀ ਸੂਰਮਾ ਪੈਂਦੇ ਖਾਂ ਦੁਸ਼ਮਣ ਦੀਆਂ ਫੌਜਾਂ 'ਚ ਜਾ ਵੜਿਆ ਜਿਵੇਂ ਮ੍ਰਿਗਨ ਵਿਖਿਆ ਕੇਹਰ ਕਰਾਲ ਐਡਾ ਯੋਧਾ ਸੀ ਪੈਂਦੇ ਖਾਂ
ਕਹਿੰਦੇ ਜਿਵੇਂ ਹਿਰਣਾ ਦੇ ਵਿੱਚ ਬੱਬਰ ਸ਼ੇਰ ਆ ਗਿਆ ਹੋਵੇ। ਹਾਂਜੀ ਬਹੁ ਉਥਲ ਪਥਲ ਕਰ ਕਾਟ ਡਾਰ, ਉਥਲ ਪੁਥਲ ਕਰ ਦਿੱਤੀ ਕੱਟ ਕੱਟ ਸੁੱਟੀ ਜਾਂਦਾ ਗਾਜਰਾਂ ਮੂਲੀਆਂ ਦੀ ਤਰ੍ਹਾਂ, ਨਹਿ ਬਚ ਹੈ ਲਗ ਹੈ ਜਿਸ ਕੇ ਪ੍ਰਹਾਰ, ਜਿਹਨੂੰ ਮਾਰਦਾ ਤਲਵਾਰ ਦੋ ਟੋਟੇ ਕਰ ਦਿੰਦਾ, ਕਈ ਵਾਰੀ ਤੇ ਘੋੜੇ ਸਮੇਤ ਚੀਰ ਦਿੰਦਾ, ਹੇਡਾ ਜ਼ੋਰ ਦਾ ਵਾਰ ਕਰਦਾ ਸੀ। ਇਤ ਬਿਧੀ ਚੰਦ ਦੌਰਿਓ ਰਸਾਏ, ਇਧਰ ਬਿਧੀ ਚੰਦ ਵੀਰ ਰਸ ਵਿੱਚ ਆਇਆ ਗਿਆ ਦੁਸ਼ਮਣ ਦੇ ਉੱਤੇ, ਕਰ ਮਾਰ ਮਾਰ ਦੀ ਨਿਗਰ ਆਏ, ਔਰ ਮਾਰ ਮਾਰ ਵੈਰੀ ਸੁੱਟੀ ਗਿਆ, ਪਰ ਵੀਰ ਮਲਕ ਜਾਤੀ ਸੋ ਕ੍ਰੋਧ, ਜਾਤੀ ਮਲਕ ਗੁਰੂ ਕਾ ਸੂਰਮਾ, ਕਹਿ ਖੜਗ ਸੰਘਾਰੇ ਅਨਕ ਜੋਧ, ਔਰ ਬੜੇ ਜੋਧ ਇਹਨਾਂ ਨੇ ਮਾਰ ਦਿੱਤੇ ਤੇਗਾਂ ਨਾਲ ਹੀ, ਇਤਿਆਦ ਅਪਰ ਗੁਰ ਸੂਰ ਧਾਏ, ਇਸ ਤਰ੍ਹਾਂ ਗੁਰੂ ਦੀ ਫੌਜ ਦੇ ਹੋਰ ਜੋਧੇ ਵੀ ਗਏ, ਜੇ ਪਰੇ ਡਰ ਸਭ ਕੋ ਭਜਾਏ, ਜਿਹੜੇ ਦੌੜ ਕੇ ਆਏ ਸੀ ਸਭ ਭਜਾ ਦਿੱਤੇ, ਹੁਣ ਕੱਟ ਗਏ ਬ੍ਰਿੰਦ ਧਰ ਪਰ ਗਿਰੰਤ, ਵੱਡ ਵੱਡ ਸੁੱਟੇ ਲਾਸ਼ਾਂ ਦੇ ਢੇਰ ਲਾ ਤੇ ਧਰਤੀ ਤੇ, ਕਨ ਰੁੰਡ ਮੁੰਡ ਖੰਡਤ ਪ੍ਰੰਤ, ਰੁੰਡ ਮੁੰਡ ਹੋ ਗਏ ਟੋਟੇ ਟੋਟੇ ਹੋ ਗਏ, ਖੰਡਨ ਖੰਡ ਕਰ ਦਿੱਤੇ, ਇਹ ਕਟੇ ਹੱਥ ਕਿਸੇ ਪੈਰ ਅੰਗ, ਕਿਸੇ ਦਾ ਹੱਥ ਕਿਸੇ ਦਾ ਪੈਰ ਵੱਢ ਸੁੱਟਿਆ, ਉਹ ਮਰੇ ਤਰੇ ਦਬ ਹੱਥ ਤੁਰੰਗ, ਉਹ ਘੋੜਿਆਂ ਥੱਲੇ ਹੀ ਦਰੜ ਕੇ ਮਰ ਗਏ, ਦਬ ਦੌੜਦੇ ਘੋੜਿਆਂ ਥੱਲੇ ਆ ਗਏ, ਹਟ ਗਏ ਕਿਤਕ ਸੋ ਤਰਾਸ ਧਾਰ, ਡਰ ਕੇ ਪਿੱਛੇ ਭੱਜ ਗਏ, ਸਰਦਾਰ ਹੀਨ ਭਾਜੇ ਗਵਾਰ, ਬਿਨਾਂ ਫੌਜ ਦੇ ਜਰਨੈਲ ਦੇ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਚ ਲਿਖਿਆ, ਭੂਪ ਬਿਨਾਂ ਕਰ ਕੌਣ ਲੜਾਈ, ਇਹ ਬਾਣੀ ਦੀ ਪੰਕਤੀ ਆ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਚ ਬਚਨ ਹੁੰਦਾ, ਭੂਪ ਬਿਨਾਂ ਕਰ ਕੌਣ ਲੜਾਈ, ਕਹਿੰਦੇ ਭੂਪ ਤੋਂ ਰਾਜੇ ਤੋਂ ਬਿਨਾਂ ਕੌਣ ਲੜੇ, ਰਾਜਾ ਹੋਵੇਗਾ ਤਾਂ ਲੜਨਗੇ, ਰਾਜਾ ਮਰ ਗਿਆ ਫਿਰ ਕਿਹਦੀ ਅਗਵਾਈ ਚ ਲੜਨਾ, ਸੋ ਮੁਗਲ ਸਿਖਾਂ ਮਰ ਗਿਆ ਹੁਣ ਕੌਣ ਲੜਨਾ, ਸਾਰੇ ਜਰਨੈਲ ਮਾਰੇ ਗਏ, ਹੁਣ ਸਿਪਾਹੀ ਜਿੱਧਰ ਮੂੰਹ ਆਇਆ ਦੌੜ ਉੱਠੇ। ਹਾਂਜੀ ਗੁਰਸੈਨ ਪਿਛਾਰੀ ਜਾਤ ਘਾਏ, ਗੁਰੂ ਦੀ ਫੌਜ ਪਿੱਛੇ ਪਈ ਇਹਨਾਂ ਨੂੰ ਝਟਕੀ ਜਾਂਦੀ ਹੈ, ਤਬ ਚਲੇ ਭੀੜ ਮ੍ਰਿਗ ਹੈ ਲਜਾਏ, ਕਹਿੰਦੇ ਏਦਾਂ ਕਾਇਰ ਹੋ ਕੇ ਭੱਜੇ ਜਿਵੇਂ ਹਿਰਨ ਭੱਜਦੇ ਹੁਣ ਸ਼ੇਰ ਨੂੰ ਵੇਖ ਕੇ, ਨਹਿ ਪਿਖੇ ਪਿਛਾਰੀ ਕੱਟ ਜਾਤ, ਸਿੱਖ ਕਹਿੰਦੇ ਜਾਂਦੇ ਇਹਨਾਂ ਨੂੰ ਵੱਢੀ ਜਾਂਦੇ ਆ ਤੇ ਇਹ ਪਿਛਾ ਮੁੜ ਕੇ ਨੀ ਦੇਖਦੇ, ਦੌੜੇ ਹੀ ਜਾਂਦੇ ਹੁਣ ਲਾਹੌਰ ਨੂੰ, ਕਰੇ ਜੋਰ ਕਿਤਕ ਨਹਿ ਤਾਹੇ ਘਾਤ, ਕਹਿੰਦੇ ਜਿਹੜੇ ਹੱਥ ਜੋੜ ਦਿੰਦੇ ਉਹਨਾਂ ਨੂੰ ਸਿੱਖ ਨਹੀਂ ਮਾਰਦੇ, ਸਭ ਸ਼ਸਤਰ ਛੀਨ ਦੀ ਨੇ ਭਜਾਏ, ਤੇ ਜਿਹਨਾਂ ਨੇ ਹੱਥ ਜੋੜਤੇ ਉਹਨਾਂ ਦੀਆਂ ਤਲਵਾਰਾਂ ਢਾਲਾਂ ਘੋੜੇ ਖੋਲੇ, ਸ਼ਸਤਰ ਬਸਤਰ ਰਹਿ ਰੱਖ ਦਿਓ, ਉਹ ਕਹਿੰਦੇ ਸਾਡੇ ਸ਼ਸਤਰ ਲੈ ਲਓ ਸਾਡੀ ਜਾਨ ਬਖਸ਼ੀ ਕਰ ਦਿਓ, ਕਹਿੰਦੇ ਚਲੋ ਸ਼ਸਤਰ ਦਿਓ ਤੇ ਜਾਓ, ਸ਼ਸਤਰ ਰਖਾ ਲਏ ਖੋਲੇ ਤੇ ਪੈਦਲ ਇਹਨਾਂ ਨੂੰ ਤੋਰਦਾ ਵੀ ਜਾਓ ਲਾਹੌਰ ਜਾ ਕੇ, ਰੋਣਾ ਪਿੱਟਣਾ ਰੋ ਲਓ ਜਿਹੜਾ ਜਾ, ਇੱਕ ਕੋਸ ਤੀਕ ਤਿੰਨ ਗੈਲ ਜਾਏ, ਇੱਕ ਕੋਹ ਤੱਕ ਸਿੱਖ ਫੌਜ ਪਿੱਛੇ ਗਈ ਇਹਨਾਂ ਦੇ, ਸਭ ਖੇਤ ਜੰਗ ਤੇ ਕਾਢ ਦੀਨ, ਮੈਦਾਨੇ ਜੰਗ ਚੋਂ ਭਜਾ ਕੇ ਕੱਢ ਕੇ ਸਾਰਿਆਂ ਦੇ ਹਥਿਆਰ ਘੋੜੇ ਖੋ ਕੇ, ਹਟ ਆਏ ਗੁਰੂ ਟਿਕ ਫਤਿਹ ਲੀਨ, ਵਾਪਸ ਮਹਾਰਾਜ ਕੋਲ ਆ ਗਏ ਫਤਿਹ ਦੇ ਨਗਾਰੇ ਤੇ ਜਕਾਰੇ ਗਜਾਂਦੇ ਹੋਏ, ਤਬ ਜੀਤ ਛਤਰ ਦੁੰਦਬ ਵਜਾਏ, ਵੈਰੀ ਨੂੰ ਜਿੱਤ ਕੇ ਜਿੱਤ ਦੇ ਨਗਾਰੇ ਵਜਾਏ ਗੁਰੂ ਖਾਲਸੇ ਨੇ, ਗੁਰ ਭੇ ਪ੍ਰਸੰਨ ਸਿੱਖ ਹਰਖ ਪਾਏ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਖੁਸ਼ ਸੰਗਤਾਂ ਬਹੁਤ ਖੁਸ਼ ਹੋਈਆਂ, ਸਿੱਖ ਬੜੇ ਖੁਸ਼ ਹੋਏ, ਨਿਜ ਸੁਭਟ ਘਾਏ ਜੁੱਤ ਲੈ ਉਠਾਏ, ਮਹਾਰਾਜ ਨੇ ਆਪਣੇ ਜ਼ਖਮੀ ਜੋਧੇ ਜੰਗ ਦੇ ਮੈਦਾਨ ਚੋਂ ਚੁੱਕ ਲਏ, ਜੇ ਨਿਕਟ ਗ੍ਰਾਮ ਤਹਿ ਸੋ ਪਹੁੰਚਾਏ, ਨੇੜੇ ਦੇ ਪਿੰਡਾਂ ਚ ਭੇਜ ਦਿੱਤੇ, ਸੁਲਤਾਨ ਵਿੱਢ ਗੁਮਟਾਲਾ ਨੇੜੇ ਨੇੜੇ ਪਿੰਡ ਸਨ, ਜ਼ਖਮੀਆਂ ਨੂੰ ਉੱਥੇ ਪਿੰਡਾਂ ਚ ਭੇਜਿਆ ਵੀ ਸਿੱਖਾਂ ਦੇ ਘਰਾਂ ਚ ਜਾ ਕੇ ਆਪਣਾ ਆਰਾਮ ਕਰੋ ਤੇ ਇਹਨਾਂ ਦਾ ਇਲਾਜ ਜ਼ਖਮ ਮਲਮ ਪੱਟੀ ਕਰੋ। ਹਾਂਜੀ ਸਭ ਖਾਣ ਪਾਣ ਕੀ ਸਾਰ ਲੀਨ, ਸਾਰਿਆਂ ਦੇ ਯੋਧਿਆਂ ਦੇ ਖਾਣ ਪਾਣ ਦੀ ਖਬਰ ਸਾਰ ਲਈ, ਨਰ ਸੇਵ ਕਰਨ ਪਰ ਛੋਰ ਦੀਨ, ਸੇਵਾਦਾਰਾਂ ਨੂੰ ਲਾਤਾ ਵੀ ਇਹਨਾਂ ਦੀ ਮਲਮ ਪੱਟੀ ਕਰੋ, ਸੱਟਾਂ ਜ਼ਿਆਦੀਆਂ ਲੱਗੀਆਂ ਹੋਈਆਂ ਸਿੱਖਾਂ ਨੂੰ, ਉਹਨਾਂ ਨੂੰ ਕਿਸੇ ਨੂੰ ਮਹੀਨਾ ਲੱਗਣਾ ਕਿਸੇ ਨੂੰ 6 ਮਹੀਨੇ ਮੰਜੇ 'ਤੇ ਪੈਣਾ ਪੈਂਦਾ, ਜ਼ਖਮ ਇੰਨੇ ਜ਼ਿਆਦਾ, ਸੋ ਉਹਨਾਂ ਦੀ ਸੇਵਾਦਾਰੀ ਡਿਊਟੀ ਲਾ ਤੀ ਮਹਾਰਾਜ ਨੇ, ਬਈ ਇਹਨਾਂ ਦਾ ਮਲਮ ਪੱਟੀ ਸਾਰਾ ਇਹਨਾਂ ਨੂੰ ਮੰਜੇ 'ਤੇ ਪਿਆਈ, ਇਹਨਾਂ ਦੀ ਸਾਰੀ ਕਿਰਿਆ ਸਾਂਭਣੀ ਹੈ, ਤੇ ਸਿੱਖ ਫਿਰ ਉਹਨਾਂ ਦੀ ਸੇਵਾ ਕਰਨ ਲੱਗੇ ਹਨ। ਰਣ ਖੇਤ ਫਤਿਹ ਗੁਰਦੇਵ ਪਾਏ, ਸਤਿਗੁਰੂ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਜੰਗ ਫਤਿਹ ਕਰ ਲਿਆ, ਹੁਣ ਭੱਟ ਸੰਭਾਲ ਕੀਨਸ ਬਣਾਏ, ਤੇ ਫਿਰ ਯੋਧਿਆਂ ਦੀ ਸੰਭਾਲ ਕੀਤੀ ਸਤਿਗੁਰੂ ਸਾਹਿਬ ਜੀ ਨੇ, ਗੁਰ ਹਰਗੋਬਿੰਦ ਮਾਨਿੰਦ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸਭ ਬੱਬਰ ਸ਼ੇਰ ਹਨ, ਜਸ ਕਰਤ ਕਵੀ ਸੰਤੋਖ ਸਿੰਘ, ਕਵੀ ਜੀ ਕਹਿੰਦੇ ਜਸ ਕਰਤ ਕਵੀ ਸੰਤੋਖ ਸਿੰਘ, ਮੈਂ ਉਸ ਮਹਾਬਲੀ ਸਤਿਗੁਰੂ 6ਵੇਂ ਪਾਤਸ਼ਾਹ ਦਾ ਜਸ ਗਾ ਰਿਹਾ, ਮਹਾਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ, ਸਾਧ ਸੰਗਤ ਜੀ ਪਹਿਲਾ ਜੰਗ ਮਹਾਰਾਜ ਨੇ ਜਿੱਤ ਲਿਆ, ਅਤੇ ਇਸ ਤਰ੍ਹਾਂ ਜੀਵਨ ਦੇ ਵਿੱਚ 4 ਵੱਡੀਆਂ ਜੰਗਾਂ ਫਤਿਹ ਕਰਨਗੇ, ਉਹ ਅੱਗੇ ਸਮੇਂ ਸਮੇਂ ਅਨੁਸਾਰ ਕਥਾ ਆਈ ਜਾਏਗੀ, ਆਪਾਂ ਸਰਵਣ ਕਰਾਂਗੇ।